ਨਾਭਾ ਜੇਲ੍ ਬ੍ਰੇਕ ਆਨ ਦੇ ਮੁੱਖ ਦੋਸ਼ੀ ਗੁਰਜੀਤ ਸਿੰਘ ਲਾਡਾ ਨੂੰ 5 ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਦੁਬਾਰਾ ਡਿਊਟੀ ਮੈਜਿਸਟ੍ਰੇਟ ਦੇ ਘਰ ਪੇਸ਼ ਕੀਤਾ ਗਿਆ ਜਿੱਥੇ ਉਸ ਦੇ ਰਿਮਾਂਡ ਵਿੱਚ 2 ਦਿਨਾਂ ਦਾ ਹੋਰ ਵਾਅਦਾ ਕਰਤਾ ਗਿਆ। ਜ਼ਿਕਰ ਖਾਸ ਹੈ ਕਿ ਗੁਰਜੀਤ ਸਿੰਘ ਲਾਡਾ ਨਾਭਾ ਜੇਲ੍ ਬ੍ਰੇਕ ਤੋਂ ਇਲਾਵਾ 16 ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਇਲਾਵਾ ਕਤਲ ਦੀਆਂ ਵਾਰਦਾਤਾਂ ਅਤੇ ਕਰੋੜਾਂ ਰੁਪਏ ਦੀ ਫਿਰੌਤੀ ਦਾ ਮੁੱਖ ਦੋਸ਼ੀ ਹੈ। ਪੇਸ਼ ਕੀਤਾ ਜੀ ਡਿਊਟੀ ਮਿਨਿਸਟਰ ਸਾਹਿਬ ਦੇ, ਇਹਦਾ 2 ਦਿਨ ਦਾ ਪੁਲਿਸ ਰਿਮਾਂਡ ਐਕਸਟੈਂਡ ਹੋਇਆ ਅਤੇ ਪੁੱਛਗਿੱਛ ਦੇ ਦੌਰਾਨ ਇਹਨੇ ਕਾਫੀ ਵਾਰਦਾਤਾਂ ਨੂੰ ਅੰਜਾਮ ਦਿੱਤਾ, 15-16 ਵਾਰਦਾਤਾਂ ਇਹ ਮੰਨਿਆ ਅਤੇ ਕਾਫੀ ਐਕਸਟੋਰਸ਼ਨ ਲੁੱਟ ਖੋਹ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਅਤੇ ਫਿਲਹਾਲ ਇਹਦੀ ਰਿਹਾਇਸ਼ ਯੂਪੀ ਦਿੱਲੀ ਦੇ ਵਿੱਚ ਸੀਗੀ, ਉੱਥੇ ਰਹਿੰਦਾ ਸੀਗਾ ਅਤੇ ਇਹਦੇ ਕੋ ਅਕਿਊਜ਼ ਨੇ ਉਹ ਵੀ ਉਸ ਸਾਈਡ ਦੇ ਯੂਪੀ ਸਾਈਡ ਹੀ ਰਹਿੰਦੇ ਨੇ ਅਤੇ ਇਹਨੂੰ ਉਹਨਾਂ ਦੇ ਟਿਕਾਣਿਆਂ ਬਾਰੇ ਪਤਾ ਕਰਕੇ ਅਸੀਂ ਉਹਨਾਂ 'ਤੇ ਵੀ ਰੇਡ ਕਰਾਂਗੇ ਅਤੇ ਹੋਰ ਕੋਈ ਰਿਕਵਰੀ ਜੇ ਕੋਈ ਹੁੰਦੀ ਹੈ ਉਹਦੇ ਬਾਰੇ ਵੀ ਪੂਰੀ ਘੋਖ ਪੜਤਾਲ।